ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ, ਸੋ ਗੋ ਐਂਡ ਸਬਸਕ੍ਰਾਈਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਰਾਮ ਰਾਮ ਭਾਈਓ, ਰਾਮ ਰਾਮ ਰਾਮ। ਕੀ ਹਾਲ ਚਾਲ ਹੈ? ਜਮਾਂ ਬੜੀਆ ਭਾਈ। ਕਿੱਥੋਂ ਇਹ ਆਇਆ ਬੰਦਾ ਹੁਣ? ਕਹਾਂ ਸੇ? ਕਰਨਾਲ ਤਾਂ ਹੈ। ਕਰਨਾਲ ਤਾਂ ਹੈ, ਅਸਨ ਤਾਂ ਗਾਮ ਜਵਾਲਾ। ਹਾਂ ਹਾਂ ਹਾਂ, ਲੱਗਦਾ ਮੈਨੂੰ ਪਤਾ। ਕਿਹੜਾ ਕੋਰਸ ਜੁਆਇਨ ਕੀਤਾ ਤੇ ਕਿਹੜਾ ਕੋਰਸ? BA ਸੈਕਿੰਡ ਈਅਰ। ਬੜਾ ਦੁਖੀ ਹੋ ਕੇ ਹੈ? ਜਮਾਂ ਮਜ਼ੇ ਆ ਰਹੇ, ਸਵਾਦ ਆ ਰਹੇ ਸਾਂ, ਉਹਨ ਭਾਈਆਂ ਨੇ ਪੁੱਛ ਲਏ। ਭਾਈਆਂ ਨੇ ਪੁੱਛ ਲਏ ਸਵਾਦ ਆ ਰਹੇ ਸਾਂ। ਸਵਾਦ ਆਉਣਾ ਚਾਹੀਦਾ ਸਰ, ਕਾਲਜ ਵਿੱਚ ਸਵਾਦ ਲੈਣ ਤੋਂ ਵਾਧੇ ਸਰ। ਸਵਾਦ ਲੈਣਾ ਤੇ ਪੜਨਾ ਵਾ, ਗੈਲੀ ਗੈਲੀ ਸਵਾਦ ਵਿੱਚ ਹੀ ਹੈ ਥੋੜੀ ਥੋੜੀ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਭਾਂਤ ਭਾਂਤ ਦੀ ਟੋਨ ਹੈ ਜੀ। ਪਿਛਲਾ ਐਪੀਸੋਡ ਸੀਗਾ ਹਨੂੰਮਾਨਗੜ੍ਹ ਦਾ, ਉੱਥੇ ਰਾਜਸਥਾਨੀ ਟੋਨ ਸੀਗੀ। ਸੋ ਇਹ ਭਾਜੀ ਬਾਗੜੀ ਸੀਗੀ, ਹਾਂ ਇਹ ਇੱਧਰੋਂ ਆਏ ਨੇ। ਕਿਹੜਾ ਪਿੰਡ ਦਾ ਨਾਮ ਕੀ ਹੈ? ਜਵਾਲਾ। ਜਵਾਲਾ, ਅਸਿੰਧ ਕੇ ਪਾਸ। ਹਾਂ ਹਾਂ ਠੀਕ ਹੈ, ਹੋਰ ਅੱਗੇ ਦੱਸ ਦੇ, ਹੋਰ ਪਿੰਨ ਕੋਡ ਦੱਸ ਦੇ। ਪਿੰਨ ਕੋਡ ਪਿੰਨ ਕੋਡ ਚਲੋ ਠੀਕ ਹੈ, ਸੁਣਾਓ। ਖਾਸੀ ਕਾ ਸਮੇ ਪਰ ਇਲਾਜ ਨਾ ਕਰੇ ਤੋ ਟੀਵੀ ਬਣ ਜਾਤੀ ਹੈ, ਗਰਲਫ੍ਰੈਂਡ ਸਮੇ ਪਰ ਨਾ ਬਦਲੇ ਤੋ ਬੀਵੀ ਬਣ ਜਾਤੀ ਹੈ। ਬਹੁਤ ਵਧੀਆ। ਸੋ ਮੈਂ ਕਹਿਣਾ ਚਾਹੁੰਦਾ ਵੀ ਇਸ ਕਾਲਜ ਦੇ ਵਿੱਚ ਸਿਆਣੇ ਵੀ ਹੈਗੇ ਨੇ, ਕਾਲਜ 'ਚ ਨਿਆਣੇ ਵੀ ਹੈਗੇ ਨੇ, ਕਾਲਜ 'ਚ ਪੰਜਾਬੀ ਵੀ ਹੈਗੇ ਨੇ, ਕਾਲਜ 'ਚ ਸ਼ਰਾਰਤੀ ਵੀ ਹੈਗੇ ਨੇ, ਸਾਰੇ ਤਰ੍ਹਾਂ ਦਾ ਜਿਹੜਾ ਰੰਗ ਹੈ ਇਸ ਕਾਲਜ 'ਚ ਪਾਇਆ ਜਾਂਦਾ ਹੈ। ਸੋ ਬਹੁਤ ਵਧੀਆ ਇੰਜੋਏ ਕਰ ਰਿਹਾ ਜੀ ਮੈਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਵਧੀਆ ਜੀ, ਵਧੀਆ, ਤੁਸੀਂ ਸੁਣਾਓ। ਸੋ ਜਿੱਥੇ ਮੈਂ ਗੱਲ ਕੀਤੀ ਵੀ ਕਾਲਜ ਹਰੇਕ ਰੰਗ ਹੈ, ਕਈ ਕਾਲਜ 8ਵੀਂ ਤੋਂ ਬਾਅਦ ਸਿੱਧਾ ਕਾਲਜ 'ਚ ਵੀ ਆਏ ਹੋਏ ਨੇ। ਨਹੀਂ ਤੁਸੀਂ 12ਵੀਂ ਦੇ ਬਾਅਦ ਇੱਥੇ ਆ ਸਕਦੇ ਹੋ ਤਾਂ ਆਪਾਂ 8ਵੀਂ ਦੇ ਬਾਅਦ ਵੀ ਆ ਸਕਦੇ ਹਾਂ। ਬਹੁਤ ਵਧੀਆ, ਬਹੁਤ ਵਧੀਆ। ਕੀ ਨਾਮ ਤੁਹਾਡਾ? ਮਾਨਸੀ। ਮਾਨਸੀ, ਹਾਂਜੀ। ਕਾਹਦਾ ਮਾਨਸੀ ਵੈਸੇ? ਜੋ ਮਰਜ਼ੀ ਲਾ ਲਿਓ। ਕੀ ਸ਼ੌਂਕ ਹੈ ਤੁਹਾਡੇ? ਬਹੁਤ ਸਾਰੇ ਸ਼ੌਂਕ ਨੇ। ਕਾਹਦੇ ਕਾਹਦੇ? ਸਿੰਗਿੰਗ ਹੈ ਸਾਡੀ, ਡਾਂਸਿੰਗ ਹੈ ਸਾਡੀ, ਪੇਂਟਿੰਗ ਹੈ ਸਾਡੀ, ਜੋ ਮਰਜ਼ੀ ਲਾ ਲਓ। ਕੀ ਡਾਂਸ ਕਰੋਗੇ? ਚਲੋ ਕਰੋ ਡਾਂਸ। ਕਿਹੜੇ ਗਾਣੇ ਤੇ? ਬਈ ਗਾਣਾ ਲਾ ਦਿਓ ਪਿਆਰ ਨਾ ਗਿਆ ਡੀਜੇ ਵਾਲਾ ਫੁੱਫੜ ਹੈ। ਅਗਲੇ ਨੂੰ ਫੜਾਓ। ਥੈਂਕ ਯੂ। ਸੋ ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ। ਚੁੱਪ ਹੋ ਜਾ ਸਰ, ਮੈਂ ਗਾਣਾ ਗਾਣਾ ਚਾਹੁੰਦਾ। ਹਾਂ ਹਾਂ ਗਾਓ ਗਾਓ। ਇਹ ਕੀ ਕਹਿੰਦੇ ਨੇ? ਜਾਦੂ। ਜਾਦੂ, ਕੀ ਨਾਮ ਕੀ ਹੈ? ਵਿਜੇ। ਵਿਜੇ, ਕੀ ਸੁਣਾਓਗੇ? ਦੋ ਗਾਣੇ ਨੇ ਸਰ ਪੰਜਾਬੀ। ਸੁਣਾਓ ਜੀ। ਇੱਕ ਹੋਏ ਜਾਣ ਲੱਗੀ ਨੇ ਟਿਕਾ ਕੇ ਗੱਲ ਜ਼ਖਮੀ ਜੀ ਕਈ, ਬੇਲੜਾਂ ਨੂੰ ਆਸ਼ਕੀਆਂ ਪੁੱਗਦੀਆਂ। ਉੱਧਰ ਉੱਧਰ ਗਾਣਾ। ਜਾਣ ਲੱਗੀ ਨੇ ਟਿਕਾ ਕੇ ਗੱਲ ਜ਼ਖਮੀ ਜੀ ਕਈ, ਬੇਲੜਾਂ ਨੂੰ ਆਸ਼ਕੀਆਂ ਪੁੱਗਦੀਆਂ ਨਹੀਂ। ਦੂਜਾ ਬੇਲੜਾ ਕਲਾਕਾਰ ਬਣ ਗਿਆ ਮੈਂ ਸਟਾਰ, ਬੇੜਦਾ ਦਾ ਮੁੱਲ ਬਾਬਾ ਪਾ ਗਿਆ, ਆ ਲੈ ਚੱਕ ਮੈਂ ਆ ਗਿਆ, ਇੱਕ ਕਿਰਪਾ ਤੇਰੀ ਨਾ ਦੀ, ਇੱਕ ਕਿਰਪਾ ਮੇਰੀ ਮਾਂ ਦੀ, ਆ ਲੈ ਚੱਕ ਮੈਂ ਆ ਗਿਆ, ਆ ਲੈ ਚੱਕ ਗਿਆ। ਬਹੁਤ ਵਧੀਆ। ਮਸਤ ਬਣਾ ਦੇਣਗੇ ਬੀਬਾ, ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ।
ਵਿੱਚ ਵਾਸ ਸਜਣ ਦਾ ਹੌਲੀ ਹੌਲੀ ਦਾਸ ਸਜਣ ਦਾ ਰਾਮ ਰਾਮ ਵਿੱਚ ਵਾਸ ਸਜਣ ਦਾ ਪਿਤਾ ਅਰਦਾਸ ਸਜਣ ਦਾ ਨਾ ਜਾਈ ਮਸਤਾਂ ਦੇ ਨੇੜੇ ਮਸਤ ਬਣਾ ਦੇਣਗੇ ਬੀਬਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਵਧੀਆ ਜੀ ਕੀ ਨਾਂ ਤੁਹਾਡਾ ਜੋਤੀ ਜੋਤੀ ਕਿੱਥੇ ਰਹਿੰਦੇ ਹੋ ਜੋਤੀ ਕਰਨਾਲ ਦੀ ਹਾਂ ਕਰਨਾਲ ਕੀ ਸ਼ੌਂਕ ਨੇ ਸਿੰਗਿੰਗ ਡਾਂਸਿੰਗ ਐਕਟਿੰਗ ਐਂਡ ਬਸ ਸੌਂਗ ਪਰਿਵਾਰ 'ਚ ਕੌਣ ਕੌਣ ਤੁਹਾਡੇ ਮੰਮਾ ਪਾਪਾ ਦੋ ਭੈਣੇ ਹੈ ਓਕੇ ਗਾਓ ਜੀ ਰਾਂਝੇ ਨੇ ਤਾਂ ਮੰਜ ਕਹਿੰਦੇ ਬਾਰ ਸਾਲ ਚੜ੍ਹਿਆ ਨੀ ਯਾਰਾਂ ਨੇ ਤਾਂ ਤੇਰੇ ਪਿੱਛੇ ਉਮਰ ਹਾਂ ਗਵਾਲਿਆ ਜਿਹੜੇ ਫੁੱਲ ਨੂੰ ਤੂੰ ਸੋਹਣੀ ਇੰਨੀ ਚੁੰਮਦੀ ਮੁੰਡਾ ਫਿਰ ਉਹ ਫੁੱਲ ਬਣ ਜਾਣ ਨੂੰ ਸੋਹਣੀ ਇੰਨੀ ਹੱਥ ਤੇਰਾ ਫੜ ਕੇ ਦਿਲ ਕਰ ਤੈਨੂੰ ਆਪਣੀ ਬਣਾਉਣ ਨੂੰ ਸੋਹਣੀ ਇੰਨੀ ਹੱਥ ਤੇਰਾ ਫੜ ਕੇ ਦਿਲ ਕਰ ਜਿੰਦ ਤੇਰੇ ਨਾਲ ਵਹਾਣ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਗੁਰਕਿਰਤ ਸਿੰਘ ਮਾਈਕ ਤਾਂ ਰੱਖੋ ਜੀ ਗੁਰਕਿਰਤ ਸਿੰਘ ਕਿੱਥੋਂ ਬਿਲੋਂਗ ਕਰਦੇ ਹੋ ਜੀ ਮੈਂ ਸਰ ਕਰਨਾਲ ਤੋਂ ਜੀ ਬਹੁਤ ਵਧੀਆ ਪੱਗ ਜੀ ਥੈਂਕ ਯੂ ਸਰਦਾਰੀਆਂ ਬਣੀਆਂ ਰਹਿਣ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਮਾਰੇ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਕੀ ਸ਼ੌਂਕ ਨੇ ਤੁਹਾਡੇ ਬਸ ਸਿੰਗਿੰਗ ਵੀ ਹੈਗਾ ਬਸ ਸਿੰਗਿੰਗ ਹੀ ਹੈਗਾ ਅੱਛਾ ਜੀ ਸਿੰਗਿੰਗ ਵੀ ਹੈਗਾ ਤਾਂ ਫਿਰ ਬਸ ਸਿੰਗਿੰਗ ਹੀ ਹੈਗਾ ਕੀ ਬਾਤ ਹੈ ਜੀ ਸੁਣਾਓ ਜੀ ਫਿਰ ਓ ਜਾਵੋ ਨੀ ਕੋਈ ਮੋੜ ਲਿਆਵੋ ਨੀ ਮੇਰੇ ਨਾਲ ਓ ਯਾਰ ਹੱਸੋ ਨਾ ਦੇਖੋ ਦੇਖੋ ਐਕਸਪ੍ਰੈਸ਼ਨ ਦੇਖੋ ਐਕਸਪ੍ਰੈਸ਼ਨ ਸੁਰੀਲੇ ਨੇ ਐਕਸਪ੍ਰੈਸ਼ਨ ਸੁਰੀਲੇ ਨੇ ਚੱਲ 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 ਮੇਰਾ ਵੀਰ ਚੱਕ ਦੇ ਕੰਮ ਅੰਦਰੋਂ 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 ਗਾ ਵੈਰੀ ਗੁੱਡ ਵੈਰੀ ਗੁੱਡ ਅੰਦਰੋਂ ਕੱਢ ਸੋਰ ਅੰਦਰੋਂ ਅੰਦਰੋਂ ਜਾਵੋ ਨੀ ਕੋਈ ਮੋੜ ਲਿਆਵੋ ਓਏ ਨੀ ਮੇਰੇ ਨਾਲ ਗਿਆ ਅੱਜ ਲੜ ਕੇ ਅੱਲਾ ਕਰੇ ਵੇ ਆ ਜਾਵੇ ਛੋਰਾ ਤੇਰੇ ਨਾਲ ਕਰਾਂ ਅੱਜ ਲੜਕੇ ਬਹੁਤ ਵਧੀਆ ਰੌਣਕਾਂ ਲਾਈਆਂ ਜੀ ਬਹੁਤ ਵਧੀਆ ਨਾਮ ਕੀ ਤੁਹਾਡਾ ਗੁਰਕੀਰਤ ਸਿੰਘ ਗੁਰਕੀਰਤ ਵੀਰਾ ਗੋਡ ਬਲੈਸ ਯੂ ਮੇਰਾ ਵੀਰਾ ਗੋਡ ਬਲੈਸ ਯੂ ਚਲੋ ਜੀ ਹੁਣ ਤੁਹਾਨੂੰ ਦਿਖਾਉਂਦੇ ਹਾਂ ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਦੇ ਗੱਭਰੂਆਂ ਦਾ ਮੁਟਿਆਰਾਂ ਵੀ ਹੈਗੀਆਂ ਤਿੰਨ ਭੰਗੜਾ ਆਓ ਜੀ ਏ ਆ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮਚ